ਹਾਂਜੀ, ਕੀ ਹਾਲ ਆ ਦੋਸਤੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਫਤਿਹਵਾਸੀ ਦੇ ਵਿੱਚ। ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅਤੇ ਰਾਜ਼ੀ ਖੁਸ਼ੀ ਹੋਵੋਗੇ। ਅਤੇ ਆਪਾਂ ਫਿਰਦੇ ਹਾਂ ਬਾਈ ਖੇਤਾਂ 'ਚ, ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕੰਮ ਚੱਲ ਰਿਹਾ ਝੋਨੇ ਦਾ, ਅਤੇ ਲੱਗੇ ਹੋਏ ਹਾਂ ਬਸ, ਥੋੜ੍ਹਾ ਜਿਹਾ ਰਹਿ ਗਿਆ ਬਸ। ਆ ਪਨੀਰੀ ਪਟਲੀ ਦੇਖੋ, ਦਿਖਾਉਣਾ ਤੁਹਾਨੂੰ ਮੈਂ ਇੱਕ, ਅੱਜ ਬਣ ਰਿਹਾ ਚਿਕਨ, ਆਪਣੇ ਯੇ ਬਣਾ ਰਹੇ ਨੇ ਆਪਣੇ, ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਬਣਾਉਂਦੇ ਨੇ, ਬੜਾ ਸਵਾਦ ਬਣਾਉਂਦੇ ਨੇ, ਦੇਖ ਰਹੇ ਹੋ ਅੱਗੇ। ਅਤੇ ਆਹ ਆਪਾਂ ਬਾਈ ਪਨੀਰੀ ਸੀ ਆਪਣੀ, ਅਤੇ ਇੰਨੀ ਦੋ ਚਾਰ ਕਿਆਰੀਆਂ ਪੱਟੀਆਂ ਗਈਆਂ, ਪੰਜ ਦੋ ਰਹਿ ਗਈਆਂ, ਅਤੇ ਕਿੱਲੇ ਰਹਿ ਗਏ ਆਪਣੇ ਤਿੰਨ ਲਾਉਣ ਵਾਲੇ। ਇਹ ਲੱਗ ਗਿਆ ਝੋਨਾ ਆਪਣਾ, ਇੱਧਰ ਆਪਣੀ ਬੀਜੀ ਹੋਈ ਆ, ਇਹ ਤਾਂ ਅੱਜ ਕੱਖਾਂ ਵਾਲੀ ਸਪਰੇ ਕਰੀ ਹੈ ਨੋਮਨੀ ਗੋਲਡ, ਵਿੱਚ ਜਿਹੜੇ ਮਾੜੇ ਮੋਟੇ ਕੱਖ ਹੋਏ ਨੇ ਉਹ ਮਰ ਜਾਣਗੇ ਹੁਣ, ਕਿਉਂਕਿ ਟਾਈਮ ਨਹੀਂ ਹੁੰਦਾ ਕੱਢਣ ਦਾ ਹਜੇ, ਦੂਜੀ ਝੋਨਾ ਲੱਗ ਰਿਹਾ ਲਾਉਣ। ਕਿਉਂ ਬਣਾ ਰਿਹਾ ਚਿਕਨ ਅੱਜ ਦੇ, ਆਹ ਬਣਾਵਾਂਗੇ ਵੀਡੀਓ ਫਿਰ ਕਿਵੇਂ ਬਣਾਉਣਾ ਵੀ। ਦੇਖੋ ਯਾਰ ਝੋਨਾ ਵੀ ਅਸਰ ਵਾ, ਇਹ ਬੂਝਾ ਬਣਾ ਗਿਆ ਵਧੀਆ। ਇਹ ਆ ਪਾਸ, ਆ ਵਿੱਚ ਜਿੱਥੇ ਨਹੀਂ ਹੋਈ ਸੀਗੀ ਗਰਮੀ ਵਾਲੀ ਸੀ ਉੱਥੇ ਇਹਨਾਂ ਤੋਂ ਆਪਾਂ ਵਿੱਚ ਲਵਾਤੀ ਦਾਲ ਲਵੇ ਲਵੇ, ਅਤੇ ਬਾਕੀ ਆਹ ਹਾਲਾਤ ਨੇ ਦੇਖੋ ਝੋਨੇ ਦੇ ਆਪਣੇ। ਇਹ ਐਡਾ ਐਡਾ ਬੂਝਾ ਬਣਾ ਗਿਆ ਸਾਰਾ ਦੇਖੋ, ਅੱਜ ਸਪਰੇਅ ਕਰਤੀ ਇਹਦੇ ਪਹਿਲਾਂ ਪਹਿਰ, ਹੁਣ ਜਦੋਂ ਬੱਤ ਆ ਗਿਆ ਮਤਲਬ ਦੋ ਕੁ ਦਿਨ ਲੰਘਾ ਕੇ ਫਿਰ ਰੇਹ ਪਾ ਦਾਂਗੇ ਇਹਦੇ ਵਿੱਚ, ਕੱਖਾਂ ਨੂੰ ਨਹੀਂ ਲੱਗੂਗਾ ਇੰਨੇ, ਉਹ ਮਰ ਜਾਣਗੇ। ਅਤੇ ਇੱਧਰ ਲੱਗ ਰਹੇ ਨੇ ਆਪਣਾ ਨੰਬਰਦਾਰ ਆਇਆ ਹੋਇਆ, ਦਿਖਾਉਣੇ ਤੁਹਾਨੂੰ ਇੱਧਰ ਕਰਤੀ ਉਹਦੀ ਕਾਂਟ ਛਾਂਟ, ਮਸਾਲਾ ਤਿਆਰ ਹੈ, ਚਿਕਨ ਵੀ ਤਿਆਰ ਹੈ, ਕਿਉਂ ਨੰਬਰਦਾਰ ਬਣਾਏਗਾ ਅੱਜ ਫਿਰ ਚੱਕ ਦੇ ਫੱਟੇ, ਤੁਹਾਨੂੰ ਦਿਖਾਉਂਦੇ ਆ ਫਿਰ ਅੱਗੇ ਕਿਵੇਂ ਬਣਦਾ। ਚਾਵਲ ਠੰਡਾ ਹੋਣੇ ਲਾਤਾ, ਇਹ ਕਿੰਨੇ ਟਾਈਮ 'ਚ ਬਣ ਜਾਂਦਾ ਫਿਰ, ਕਿੰਨੇ ਟਾਈਮ 'ਚ ਬਣ ਜੂਗਾ? ਹਾਂ ਮੁਰਗਾ ਇੱਕ ਘੰਟਾ ਪੂਰਾ। ਮਸਾਲਾ ਕੀ ਕੀ ਬਣਾਉਂਦੇ ਹੁੰਦੇ ਹੋ? ਸਾਰਾ ਮਸਾਲਾ ਹਲਦੀ, ਮਿਰਚੀ, ਨਮਕ, ਤੇਜ਼, ਅਦਰਕ, ਗਰਮ ਮਸਾਲਾ, ਟਮਾਟਰ, ਲਸੁਣ। ਕਿੰਨੇ ਕਿਲੋ ਲਿਆਂਦਾ ਅੱਜ, ਕਿੰਨੇ ਕਿਲੋ ਲਿਆਂਦਾ ਨੰਬਰਦਾਰ? ਕਿੰਨੇ ਕਿਲੋ ਹੈ, ਕਿੰਨੇ ਕਿਲੋ ਹੈ? ਪੰਜ, ਚਾਰ, ਚਾਰ ਕਿਲੋ ਲਿਆਂਦਾ ਅੱਜ ਵੀ। ਹੈਂ ਹਾਂ ਖਾ ਤਾਂ ਜਾਮ ਗਈ, ਖਾਵਾਂਗੇ ਤਾਂ ਹੈਗੇ, ਬਹੁਤ ਸਵਾਦ ਵਾਲਾ ਬਣਾਉਣੇ ਹੋ, ਉਹ ਤਾਂ ਹੀ ਵੀਡੀਓ ਬਣਾਉਣਾ ਮੈਂ ਵੀ ਕਿਵੇਂ ਬਣਾਉਣੇ ਹੋ। ਵੀਡੀਓ ਬਣਾ ਕੇ ਫਿਰ ਕਈ ਵਾਰ ਆਪ ਬਣਾਉਣਾ ਪੈ ਜਾਂਦਾ ਹੈ, ਸਾਰਾ ਕੁਛ ਪਰਫੈਕਟ ਹੁੰਦਾ, ਲੂਣ ਮਸਾਲਾ ਕੋਈ ਮਿਰਚ ਕੋਈ ਵੱਧ ਨਹੀਂ ਘੱਟ ਨਹੀਂ, ਗਲਿਆ ਵੀ ਵਧੀਆ ਹੁੰਦਾ ਹੈ ਨਾ। ਹਾਂ ਆਪਣਾ ਉਹ ਮਿੱਤਰ ਆਇਆ ਸੀ ਉਹ ਦਿਨ, ਉਹ ਦੇਖ ਲਾ ਅੱਕਾ ਪੱਕਾ ਰਹਿ ਗਿਆ ਸੀ, ਕਹਿੰਦਾ ਯਾਰ ਦੁਬਾਰੇ ਖਾਊਂਗਾ ਮੈਂ ਜਿੱਦੇ ਬਣਾਉਂਗੇ, ਉਹ ਅੱਜ ਬੀਜੀ ਹੈ ਕਿਹਾ ਤਾਂ ਹੈਗਾ ਸੀ ਮੈਂ, ਇਹੋ ਜਿਹਾ ਖਾਧਾ ਨਹੀਂ ਹੈਗਾ ਕਦੇ ਵੀ ਇੰਨਾ ਸਵਾਦ। ਇਹ ਹੁਣ ਵੀਡੀਓ ਬਣਾਉਂਦੇ ਤੁਹਾਡੀ ਤਾਂ ਹੀ, ਵੀ ਕਾਂਟਾ ਛਾਂਟੀ ਹੋ ਗਈ ਉਹਦੀ ਸਾਰੀ, ਵੀ ਫਰਾਈ ਹੋ ਰਿਹਾ ਧੋਇਆ ਜਾ ਰਿਹਾ, ਫਰਾਈ ਕਰਕੇ ਫਿਰ ਬਣੇਗਾ। ਇੱਧਰ ਚੱਲ ਪਿਆ ਮਸਾਲਾ
ਤਿਆਰ ਹੋ ਕੇ ਅੱਟ ਪਾਉਣੇ ਆ। ਮਸਾਲਾ ਤਿਆਰ ਹੈ। ਆਓ ਦੇ ਉਹ ਪਿਆਜ਼ ਸੀਗਾ ਉਹ ਪੇਸਾ ਦੀ ਵੱਢ ਲੈ ਦੇ। ਬਾਕੀ ਬਸ ਧੋ ਕੇ ਹੁਣ ਧਰ ਦੇਣਾ, ਕਹਿੰਦੇ ਘੰਟੇ ਦੇ ਵਿੱਚ ਬਣ ਜੂਗਾ। ਦੂਸਰੇ ਚੈਨਲ ਨੂੰ ਵੀ ਵੱਧ ਤੋਂ ਵੱਧ ਦੇਖਿਆ ਕਰੋ, ਆਪਣੀ ਸ਼ੋਰਟ ਮੂਵੀਜ਼ ਆਉਂਦੀਆਂ ਨੇ, ਪਿਆਰ ਦਿਆ ਕਰੋ। ਐਤਵਾਰ ਦੀ ਕੜਾਹੀ ਲਾਈ ਦੀ ਬਾਬੇ ਖਾਜਾ ਵਾਲੀ ਦੀ, ਉਹਦੇ ਉਦੋਂ ਹੈ ਨਹੀਂ ਸੀ ਉਰੇ ਕੋਈ, ਅਤੇ ਹੁਣ ਆ ਰਹੇ ਨੇ ਇਹਨਾਂ ਨੂੰ ਖਾਣ ਲੱਗ ਰਹੇ ਨੇ ਕੜਾਹੀ ਆਪਣੀ। ਆਹ ਹੀ ਸੀਜਨ ਮਤਲਬ ਲਾਉਣੇ ਹੁੰਦੇ ਆ, ਅਤੇ ਤਾਂ ਕਰਕੇ ਅੱਜ ਲਾਈ ਆਪਾਂ। ਕਿੰਨੇ ਟਾਈਮ 'ਚ ਬਣ ਜਾਏਗਾ ਸਹੀ? ਓਕੇ, ਉਹ ਵੀ ਆ ਰਿਹਾ ਉਦਿਆਂ ਵਾਲਾ ਬੰਦਾ। ਹਾਂ, ਇੱਕ ਇੱਕ ਕੌਲੀ ਤੇ ਰੱਜ ਗਏ ਤੇ ਉੱਥੇ ਤਾਂ ਸਾਨੂੰ ਸਵਾਦ ਬਹੁਤ ਆਇਆ। ਪਹਿਲੇ ਉਸਨੇ ਮਨਾ ਕਰਤਾ ਤਾ, ਕਹਿੰਦਾ ਮੈਨੂੰ ਕੰਮ ਹੈ, ਫਿਰ ਤੁਹਾਨੂੰ ਪਤਾ ਜੀਵ ਖਿੱਚ ਲਿਆਉਂਦੀ ਹੈ, ਬਾਕੀ ਮੈਨੂੰ ਮਿਲਿਆ ਨਹੀਂ ਸੀ, ਹੁਣ ਇੱਕ ਦੋ ਦਿਨ ਹੋ ਗਏ ਸੀ, ਫਿਰ ਕਹਿੰਦਾ ਬਹੁਤ ਸਵਾਦ ਲੱਗਿਆ ਮੈਨੂੰ, ਕਹਿੰਦਾ ਖਾਣੀ ਖਾਣਾ। ਉਦੋਂ ਤੈਨੂੰ ਕਹਿ ਕੇ ਨਹੀਂ ਆਦੀ? ਕਹਿੰਦਾ ਜਿੱਦੇ ਬਣਾਏਗਾ ਮੈਨੂੰ ਦੱਸੀ। ਆ ਰਿਹਾ ਅੱਜ ਉਹ ਫਿਰ ਰਾਸਤੇ ਮੈਂ ਹੈ ਸਵਾਦ ਇਸ ਲਈ ਆਏਗਾ। ਹਾਂ ਨਹੀਂ ਕੌਣ ਆਉਂਦਾ, ਸਾਰਾ ਕੁਝ ਰਿਕਾਰਡ ਕਰੀ ਜਾਓ। ਓਏ ਪਾ ਦਾਂਗੇ, ਜ਼ਿਆਦਾ ਰਹਿ ਜਾਂਦੀਆਂ ਨੇ, ਜੇ ਸਾਲ ਕੇ ਬਾਅਦ ਆਓਗੇ ਫਿਰ ਦੇਖੋਗੇ। ਹਾਂ ਨਹੀਂ ਹੁਣ ਆਪਦੇ ਫੋਨ ਤੇ ਵੀ ਦੇਖ ਲਿਆ ਕਰੋਗੇ ਤੁਸੀਂ, ਬਿਲਕੁਲ ਜਦੋਂ ਵਿਹਲੇ ਹੋਇਆ ਕਰੋਗੇ। ਡਾਲ ਦੋ ਨੰਬਰ ਤੇ YouTube ਤੇ ਪਾਏਗੇ, YouTube ਤੇ ਸਾਰੇ ਪਿਛਲਾ ਜਾਏਗਾ ਨਾ। ਹਾਂ ਚਲਾਉਨੇ ਹੋਏਗਾ। ये फराई करने से ना पीस और ये नहीं होता है, ठीक है? की होता सेट हो जाता है, सेट हो जाना है। ये है भाई शेफ, चिकन शेफ, ये बना रहे आज, नंबरदार है इनकी टोली का, ये बना रहे है। उदे भी ऐसे नहीं बनाया सी, फ्राई कर रहे हूं। चलो मिलते हैं, थोनू दिखाने अगे बन गया जो मैं पानी देख के आ रहा। ਹਾਂ ਜੀ ਦਿਓ ਜੀ ਰਿਵਿਊ ਕਿਵੇਂ ਬਣਿਆ ਜਮਾ ਕੇਟ, ਚਾਲ ਪਾਲੇ ਬਈ ਵਿੱਚ ਇਹ ਨਹਾ ਰਹੇ ਨੇ ਹੁਣ ਆਏ ਨੇ, ਕਿਉਂ ਹੱਥ ਉਲਿਆ ਤੇ ਬਹੁਤ ਘੈਂਟ ਬਣਿਆ ਦੇਖ ਲਓ। 8 ਕਿਲੋਮੀਟਰ ਤੋਂ ਦੂਰ ਹੋਇਆ ਬੰਦਾ ਚੱਲ ਕੇ, ਆਹ ਕੀ ਹੈ ਐਫਸੀ ਵਾਸਤੇ, ਆਹ ਹੈ ਜਿਹੜਾ ਤੇ 1200-1500 ਰੁਪਏ ਲਾਉਨੇ ਆ ਨਾ, ਇਹ ਤੋਂ 1200-1500 ਚ ਬੰਦਾ ਲੈ ਜਾ ਕਰੋ। ਦੇਖੋ ਬਹੁਤ ਸਵਾਦ ਬਣਾਇਆ ਦੇਖੀ, ਪਾਣੀ ਪੁਣੀ ਪੀਆ। ਲਓ ਵੀ ਮਿੱਤਰੋ ਲੀਵਰ ਥੋੜਾ ਸਟਰੋਂਗ ਰੱਖਣਾ ਪੈਂਦਾ, ਨਹੀਂ ਬੈਕ ਮਾਰ ਜਾਂਦਾ, ਨਹੀਂ ਫਿਰ ਇਧਰੋਂ ਬੈਕ, ਨਹੀਂ ਫਿਰ ਇਧਰੋਂ ਬੈਕ, ਸਮਝ ਗਏ ਨਾ ਆਪ ਹੀ, ਪੁੱਠਾ ਨਹੀਂ ਬੋਲਦੇ ਹੁੰਦੇ, ਸਮਝਣ ਵਾਲੀ ਗੱਲ। ਲੈ ਵੀ ਮਿੱਤਰੋ ਨਸ਼ੇ ਪੱਤਿਆਂ ਤੋਂ ਦੂਰ ਰਹੋ, ਸਿਹਤ ਬਣਾਇਆ ਕਰੋ, ਬਾਕੀ ਰੱਜ ਕੇ ਖਾਇਆ ਕਰੋ, ਕੰਮ ਕਰਿਆ ਕਰੋ, ਵਿਹਲੇ ਨਹੀਂ ਖਾਣਾ, ਪਰ ਵਿਹਲੇ ਜਮਾ ਹੀ ਰਹਿਣਾ। ਮਿਲਦੇ ਹਾਂ ਫਿਰ ਅਗਲੇ ਬਲੌਗ 'ਚ, ਅੱਜ ਲਈ ਇੰਨਾ ਹੀ, ਬਾਏ ਬਾਏ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਹ ਬੰਦੇ ਨੂੰ ਵੀ, ਬਾਏ ਬਾਏ।